ਬਿੰਦ ਕੋਲ ਬੇਬਨਿਆਦ ਹੈ ਜੀ। ਮੁੰਡਾ ਸਾਡਾ ਖੰਡ ਭਰ ਧਰਿਆ ਸੀ ਉੱਥੇ, ਅਸੀਂ ਉੱਥੇ ਬਕਾਇਦਾ ਉਹਦੇ ਕੋਲ ਆ। ਤੁਸੀਂ ਕਹਿ ਰਹੇ ਕਿ ਸਾਡੇ ਨਾਲ ਉਹਨਾਂ ਦੀ ਜੋ ਵੋਟਾਂ ਦੀ ਸਰਪੰਚ ਬਣੇ ਨੇ ਉਹਨਾਂ ਕੋਲ ਪਹਿਲੇ ਸਰਪੰਚ ਸਾਡੇ ਕੋਲ 6 ਵੀ ਬਣਾ ਦੇ ਜੀ ਅਸੀਂ ਆਪਦੀ ਪਾਰਟੀ ਦੇ। ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਥੱਲੇ ਲਾ ਕੇ ਪਸਾ ਕੇ ਕਿਸੇ ਤਰੀਕੇ ਨਾਲ ਮਿਹਨਤ ਕਰਾ ਕੇ ਨਾਲ ਆਪਦੇ ਲਾ। ਇੱਕੋ ਬਾਜੀ ਜਿੰਨਾ ਚਿਰ ਉਹਨਾਂ ਦੇ ਨਾਲ ਕੋਈ ਮੈਂਬਰ ਹੀ ਨਹੀਂ ਗਿਆ, ਉਹਨਾਂ ਦੇ ਨਾਲ ਕੋਈ ਮੈਂਬਰ ਹੀ ਨਹੀਂ ਗਿਆ, ਉਹਨਾਂ ਨੇ ਫਿਰ ਹੁਣ ਚਾਰ ਤਾਂ ਚੱਲਣੀ ਸੁਣੇ ਆਏ। ਸਾਡੇ ਮੁੰਡਾ ਮੇਰਾ ਮੁੰਡਾ ਜਿਹੜਾ ਤੇ ਇੱਕ ਆਪਣਾ ਜਸਵੰਤ ਸਿੰਘ ਦਾ ਮੁੰਡਾ ਉਹ ਸਾਡੇ ਕੋਲ ਬੈਠੇ। ਸਾਡੇ ਕੋਲ 100 ਬੰਦਾ ਦੀ ਇੱਕ ਬੰਦਾ ਨਹੀਂ ਖੰਡ ਪਾਠ ਚੱਲਦਾ ਪਿਆ, ਉੱਥੇ ਕਿਰਤਨ ਹੋ ਰਿਹਾ ਇੱਕ ਨਹੀਂ, 100-150 ਬੰਦੇ ਦਾ ਪਾਠ ਚੱਲ ਕੋਲ ਉਹ ਗਲਤ ਨੇ ਕੋਈ। ਫਿਰ ਦੇਖੋ ਜੀ ਇੱਕ ਇੱਥੇ ਬਸ ਨਹੀਂ, ਕੁੜੀ ਦਾ ਮਾਮਾ ਕੁੱਟ ਘਿਰ ਗਿਆ, ਕੁੱਟ ਕੁੱਟ ਕੇ ਉੱਥੇ ਮਨਾਇਆ ਸੜਕ ਦੇ ਉੱਤੇ। ਦੇਖੋ ਇੰਨਾ ਬੋਲ ਕੇ ਪਤਾ ਪੁੱਛੂਗਾ ਉੱਥੇ ਸੜਕ ਦੇ ਉੱਤੇ ਫੜੀ ਉਹਨਾਂ ਭਜਨ ਸਿੰਘ ਕੁੱਟ ਕੁੱਟ ਕੇ ਮਨਾਇਆ, ਉਹਨੂੰ ਕੁੜੀ ਮੰਨਦੀ ਨਹੀਂ ਸੀ, ਐਵੇਂ ਜਾਣ ਕੇ ਮਨਾਇਆ। ਦੇਖੋ ਜੀ ਨਹੀਂ ਘਰੇ ਜੇ ਕਰਦੇ ਤਾਂ ਮੰਨਣਾ ਨਹੀਂ ਸੀ ਕੁਛ, ਜੇ ਉਹ ਬਾਹਰ ਕਰਦੇ ਸੜਕ ਤੇ ਕਰਦੇ ਸਭ ਕੁਛ ਮੰਨਦਾ। ਭਲੇ ਦੀ ਸਿਆਸਤ ਨਾਲ ਇਹ ਘਰੇ ਕੋਈ ਨਹੀਂ, ਕੋਈ ਨੀ ਸਾਡੇ ਘਰੇ ਨੂੰ ਤਾਲੇ ਲੱਗੇ ਹੋਏ ਨੇ। ਅੰਦਰ ਕਿਵੇਂ ਫਿਰ ਬਰਾਮਦ ਹੋਈ ਕੁੜੀ? ਕੁੜੀ ਕੰਧ ਟੱਕ ਗਈ, ਸਾਨੂੰ ਨਹੀਂ ਪਤਾ, ਅਸੀਂ ਕੋਈ ਵੇਖੀ ਨਹੀਂ ਕੁੜੀ ਉੱਥੇ, ਬਿਲਕੁਲ ਨਹੀਂ ਵੇਖੀ ਨਾ ਅਸੀਂ ਘਰੇ ਗਏ, ਅਸੀਂ ਤਾਂ ਹੈਗੇ ਆ ਖੰਡ ਪਾੜ ਦੇ ਘਰ, ਸਾਨੂੰ ਕੀ ਪਤਾ ਨੀ ਕੁੜੀ ਕਿੱਥੇ। ਅੱਛਾ ਜੀ, ਮੇਰੀ ਪੋਤਰੀ ਨੂੰ ਲੈ ਗਏ ਨਾ ਕਰਕੋ ਬਣਾ ਕੇ, ਇਹ ਜਾਂਦੀ ਪਈ ਰਾਹ ਚ, ਅੱਗੋਂ ਨੇ ਦੋ ਮੁੰਡੇ ਬਾਹਰ ਖਲੋ ਗਏ, ਦੋ ਅੰਦਰ ਖਲੋ ਗਏ ਗੇਟ ਤੇ, ਉਹਨਾਂ ਨੇ ਖਿੱਚ ਲਈ, ਖਿੱਚ ਕੇ ਲੈ ਗਏ ਨੇ ਅੰਦਰ, ਬਾਹਰ ਜਵਾਕ ਵਹਿੰਦੇ ਸਾਰੀ ਦੁਨੀਆਂ ਪਈ, ਉਹਨਾਂ ਰੋਲਾ ਭਰ ਦਿੱਤਾ, ਉਹਨਾਂ ਅੱਗੋਂ ਗੇਟ ਮਾਰ ਲਈ। ਮੈਨੂੰ ਪਤਾ ਲੱਗਾ ਹੈ, ਮੈਨੂੰ ਬਾਲ ਲੈ ਗਏ ਨੇ ਸੱਦ ਕੇ, ਤੇ ਮੈਂ ਗਈ ਆ ਜਾ ਕੇ ਮੈਂ ਥੱਲਿਓ ਫੜ ਗਿਆ ਡਬਲ ਵੀਡਾ ਨੇ ਥੱਲੇ ਦਾ ਕੀਤੀ, ਉਹਨਾਂ ਨਾਲ ਬਾਰੀ ਕੇ ਮੁੰਡੇ ਦੋਵੇਂ ਬਾਰੇ। ਕੌਣ ਮੁੰਡੇ ਸੀਗੇ, ਕਿੰਨੇ ਜਣੇ ਸੀ? ਇਹ ਦੋ ਜਣੇ, ਦੋ ਬਾਹਰ ਗੇਟ ਤੇ ਖੜੇ ਸਨ। ਤੁਹਾਡੇ ਪੜੋਸੀ ਨੇ ਉਹ? ਆ ਕਿੱਥੋਂ ਸੀਗੇ ਮੁੰਡੇ? ਉਹ ਪਿੰਡ ਦੇ ਜੀ। ਕਿਹੜੇ ਮੁੰਡੇ ਸੀ, ਕੀ ਨਾਮ ਸੀ? ਜੀਤਾ ਇੱਕ ਦਾ ਨਾਮ ਕੀ ਨੇ ਦਾ? ਜੀਤਾ ਤੇ ਜੱਸੇ ਦਾ, ਉਹਦਾ ਨਾਮ ਕੀ ਹੈ? ਪੁਲਿਸ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕੀਤੀ? ਨਹੀਂ ਕੀਤੀ। ਮੇਰੇ ਕੋਲ ਚਾਰੇ ਦਰਖਾਸਤਾਂ ਨਾਲ ਲੈਂਦੀਆਂ ਜਿਹੜੀਆਂ ਮੈਂ ਆਪਦੇ ਨਾਂ ਦੀ ਬਣਵਾਈਆਂ ਨੀ, ਉਹ ਵੀ ਜਿਹੜੀਆਂ ਮੈਨੂੰ ਉਹਨਾਂ ਮੋੜ ਕੇ ਕੋਈ ਨਹੀਂ, ਜਿਹੜਾ ਕਾਗਜ਼ ਤੇ ਮੋੜ ਦੇਣਗੇ ਨੀ ਉਹਨਾਂ ਮੋੜਿਆ ਹੀ ਨੀ ਵੱਡੇ ਸਰਦਾਰ। ਕਿਹੜੇ ਪਿੰਡ ਦੇ ਰਹਿਣ ਵਾਲੇ ਜੀ? ਕਿਹੜੇ ਪਿੰਡ ਦੇ? ਕਿਹੜੇ ਪਿੰਡ ਦੇ ਬੀਬੀ ਰਹਿਣ ਵਾਲੇ? ਸ਼ੂਟ ਕਰਦੇ ਰਹਿਣ ਵਾਲੇ ਜੀ। ਮੈਂ ਜਾਂਦੀ ਪਈ ਸੀ, ਜੋ ਦੋ ਜਣੇ ਬਾਹਰ ਖੜ ਗਏ ਸੀ, ਦੋ ਜਣੇ ਮੈਨੂੰ ਅੰਦਰ ਲੈ ਗਏ, ਜਿਹਨੇ ਜ਼ਬਰਦਸਤੀ ਕੀਤੀ ਤਾਂ ਮੇਰੀ ਦਾਦੀ ਚੱਲ ਗਈ, ਕੱਪੜੇ ਵੀ ਲਾਹੁਣ ਗਏ ਸੀ। ਇੱਕ ਦਿਨ ਅਤਾਰ, ਇੱਕ ਦਿਨ ਗੱਗੂ, ਇੱਕ ਦਿਨ ਜੀਤੂ ਤੇ ਇੱਕ ਦਿਨ ਲਾਡੀ ਜੀ। ਉਹ ਆਉਂਦੇ ਮੇਰੀ ਮੰਮੀ ਬੁਲਾ ਕੇ, ਤਾਂ ਮੈਂ ਹੈਪੀ ਪਤਾ ਮੈਂ ਚੱਲ ਗਈ ਜੀ। ਦੋ ਜਣੇ ਮੈਨੂੰ ਅੰਦਰ ਲੈ ਗਏ, ਦੋ ਜਣੇ ਬਾਹਰ ਖੜ ਗਏ, ਅਤੇ ਫਿਰ ਮੇਰੀ ਦਾਦੀ ਚੱਲ ਗਈ। ਫਿਰ ਜੀ ਉਹ ਲਬਾਰੀ 'ਚ ਵੜ ਗਏ ਜੀ ਦੋ ਜਣੇ, ਅਤੇ ਮੇਰੀ ਦਾਦੀ ਵੀ ਉਹਨਾਂ ਮੈਨੂੰ ਬੇਟ ਥੱਲੇ ਵਾੜ ਦਿੱਤਾ, ਫਿਰ ਮੈਂ ਦਾਦੀ ਨੂੰ ਲੈ ਗਈ। ਮੁੰਡੇ ਨੇ ਤੁਹਾਨੂੰ ਲਿਜਾ ਕੇ ਅੰਦਰ ਕੀ ਕੀਤਾ ਜੀ? ਜ਼ਬਰਦਸਤੀ ਕਰਦੀ। ਹੁਣ ਤੁਹਾਡੀ ਕੀ ਮੰਗ ਹੈ? ਤੁਹਾਡੀ ਕੀ ਮੰਗ ਹੈ ਹੁਣ? ਤੁਸੀਂ ਕੀ ਚਾਹੁੰਦੇ ਹੋ? ਤੁਹਾਡੇ ਨਾਲ ਕੀ ਹੋਣਾ ਚਾਹੀਦਾ? ਕੀ ਚਾਹੁੰਦੇ ਤੁਸੀਂ? ਹੁਣ ਤੁਹਾਡੀ ਉਮਰ ਕਿੰਨੀ ਹੈ? 1200। ਲੜਕੀ ਦੀ ਦਾਦੀ ਨੇ ਦੱਸਿਆ ਵੀ ਚਾਰ ਲੜਕੇ ਸੀਗੇ ਜਿਹੜੇ ਵੀ ਉਹਨੂੰ ਪਹਿਲਾਂ ਫਸਲਾ ਕੇ ਆਪਣੇ ਘਰ ਲੈ ਗਏ, ਉਹਦਾ ਘਰ ਨੇੜੇ ਦਾ ਹੈਗਾ, ਉਹਦੇ ਨਾਲ ਬਲਾਕ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਦੀ ਉਮਰ 13 ਸਾਲ ਦੇ ਸੀਗੇ, ਕਿੰਨੇ ਬੰਦੇ ਸਰ? ਨਾਮ ਕਿਤੇ ਕਿਸੇ? ਚਾਰ ਬੰਦੇ ਨਾਮ। ਗਰੀਬ ਨਾ ਮੇਰੇ ਪੁੱਤਰ ਕਹਿੰਦੇ ਦਾਦੇ ਦੀ ਮਾਂ ਗੁਰਗੀ ਲਿਖਦੇ ਉੱਤੇ, ਹਾਂ ਨਾ ਸੁਣਦਾ ਕੰਨਾਂ ਤੋਂ ਤੇ ਨਾ ਸੁਣਦਾ। ਇੱਕ ਲੜਕਾ 3 ਸਾਲਾਂ ਦਾ, ਤੇ ਮਤਲਬ ਦੋ ਭੈਣ ਦੋ ਬੱਚੇ।
ਬੰਦਾ ਕੋਈ ਵੀ ਆਸਾ ਸਾਡੇ ਕੋਲ।